ਸਤਿ ਸ਼੍ਰੀ ਅਕਾਲ ਦਰਸ਼ਕੋ, ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਦਰਸ਼ਕੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਵੀਜ਼ਾ ਕੰਸਲਟੈਂਟਸ ਨਾਲ ਤੁਹਾਡਾ ਰਾਬਤਾ ਕਰਵਾਉਂਦੇ ਹਾਂ ਜਾਂ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਕਿ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਕਾਫ਼ੀ ਤਕੜੇ ਮਾਈਲਸਟੋਨ ਕ੍ਰੀਏਟ ਕੀਤੇ ਨੇ। ਸੋ ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਤੁਹਾਨੂੰ ਅਸੀਂ ਮਿਲਾਵਾਂਗੇ ਮਿਸਟਰ ਅਰਵਿੰਦ ਜੀ ਨਾਲ, ਜੋ ਕਿ ਨੌਰਥ ਵੈਸਟ ਇਮੀਗ੍ਰੇਸ਼ਨ ਐਜੂਕੇਸ਼ਨ ਕੰਸਲਟੈਂਸੀ ਦੇ ਓਨਰ ਹਨ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ। ਥੈਂਕ ਯੂ ਵਿਵੇਕ ਜੀ, ਥੈਂਕ ਯੂ ਵੈਰੀ ਮਚ। ਸਰ, ਪਹਿਲੇ ਤਾਂ ਤੁਸੀਂ ਸਾਨੂੰ ਦਰਸ਼ਕਾਂ ਨੂੰ ਆਪਣੀ ਕੰਪਨੀ ਦੇ ਬਾਰੇ ਇੰਟਰੋਡਕਸ਼ਨ ਦਿਓ। ਸਰ, ਜ਼ਰੂਰ ਸਰ, ਥੈਂਕ ਯੂ ਵੈਰੀ ਮਚ ਤੁਸੀਂ ਮੈਨੂੰ ਇਨਵਾਈਟ ਕੀਤਾ ਆਪਣੇ ਸ਼ੋਅ 'ਤੇ। ਮੇਰੀ ਕੰਪਨੀ ਦਾ ਨਾਮ ਨੌਰਥ ਵੈਸਟ ਇਮੀਗ੍ਰੇਸ਼ਨਸ ਐਂਡ ਐਜੂਕੇਸ਼ਨ ਕੰਸਲਟੈਂਸੀ ਹੈ। ਅਸੀਂ ਅਕਤੂਬਰ 2010 ਤੋਂ ਵਿਦੇਸ਼ ਜਾਣ ਲਈ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ ਜੀ। ਔਰ ਮੇਰੀ ਕੰਪਨੀ ਦੀ ਸਰਵਿਸਿਜ਼ ਇਸ ਤਰ੍ਹਾਂ ਹੈ, ਫੋਰ ਐਗਜ਼ਾਮਪਲ ਅਸੀਂ ਆਇਲਟਸ ਦੀ ਕੋਚਿੰਗ ਦਿੰਦੇ ਹਾਂ, ਪੀਅਰਸਨ ਟੈਸਟ ਆਫ ਇੰਗਲਿਸ਼ ਦੀ ਕੋਚਿੰਗ ਦਿੰਦੇ ਹਾਂ, ਆਇਲਟਸ ਲਾਈਫ ਸਕਿੱਲਸ ਦੀ ਕੋਚਿੰਗ ਦਿੰਦੇ ਹਾਂ। ਇਸ ਤੋਂ ਇਲਾਵਾ ਕੋਈ ਬੱਚਾ ਅਗਰ ਪੜ੍ਹਨ ਲਈ ਵਿਦੇਸ਼ ਜਾਣਾ ਚਾਹੁੰਦਾ ਹੈ ਉਸਦੇ ਲਈ ਅਸੀਂ ਸਟੂਡੈਂਟ ਵੀਜ਼ਾ ਪ੍ਰਦਾਨ ਕਰਦੇ ਹਾਂ, ਜਿਸ ਦੇ ਵਿੱਚ ਅਸੀਂ ਆਲਮੋਸਟ ਸਾਰੀ ਕੰਟਰੀਜ਼ ਦਾ ਹੀ ਸਟੂਡੈਂਟ ਵੀਜ਼ਾ ਪ੍ਰੋਵਾਈਡ ਕਰਦੇ ਹਾਂ। ਫੋਰ ਐਗਜ਼ਾਮਪਲ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ ਔਰ ਬਹੁਤ ਸਾਰੀ ਹੋਰ ਕੰਟਰੀਜ਼ ਹਨ ਜਿਹੜੇ ਬੱਚੇ ਜਾਣ ਦੇ ਇੱਛੁਕ ਹੁੰਦੇ ਹਨ। USA, ਉਹਨਾਂ ਦੇ ਬਿਲਕੁਲ ਸਰਵਿਸਿਜ਼, ਉਹਨਾਂ ਬੱਚੇ ਨੂੰ ਇੰਗਲਿਸ਼ ਦੀ ਟ੍ਰੇਨਿੰਗ ਦੇਣਾ ਔਰ ਉਹਨਾਂ ਨੂੰ ਬਾਹਰ ਪੜ੍ਹਾਈ ਲਈ ਭੇਜਣਾ, ਇਹ ਸਾਡਾ ਮੰਤਵ ਹੈ। ਸਰ, ਕਿੰਨੇ ਕੁ ਸਾਲ ਤੁਹਾਨੂੰ ਹੋ ਚੁੱਕੇ ਨੇ ਇਸ ਫੀਲਡ ਦੇ ਵਿੱਚ ਤੁਹਾਡੀ ਕੰਪਨੀ ਨੂੰ? ਸਾਡੀ ਕੰਪਨੀ ਅਕਤੂਬਰ 2010 ਤੋਂ ਇਸ ਫੀਲਡ ਦੇ ਵਿੱਚ ਹੈ। ਇਸ ਦੇ ਵਿੱਚ ਕਿਉਂਕਿ ਮੈਂ ਖੁਦ ਬਾਹਰ ਹੀ ਪੜ੍ਹਿਆ ਹਾਂ, ਮੈਂ ਖੁਦ ਨੌਰਥ ਵੈਸਟ ਇਮੀਗ੍ਰੇਸ਼ਨ ਚਲਾਉਣ ਤੋਂ ਪਹਿਲਾਂ ਮੈਂ ਇੰਗਲੈਂਡ ਦੇ ਵਿੱਚ ਬਕਾਇਦਾ ਮੈਂ ਪੜ੍ਹਾਈ ਕੀਤੀ ਹੈ ਔਰ ਮੈਨੂੰ ਉਸ ਸਾਰੀਆਂ ਮੁਸ਼ਕਲਾਂ ਬਾਰੇ ਪਤਾ ਹੈ ਜਿਹੜਾ ਇੱਕ ਬੱਚਾ ਜਿਹੜਾ ਕੋਈ ਪੜ੍ਹਨ ਬਾਹਰ ਜਾਂਦਾ ਹੈ ਉਸਨੂੰ ਫੇਸ ਕਰਨੀਆਂ ਪੈਂਦੀਆਂ ਹਨ। ਔਰ ਅਸੀਂ ਕਿਸੇ ਬੱਚੇ ਦਾ ਅਗਰ ਵੀਜ਼ਾ ਲੱਗ ਜਾਂਦਾ ਹੈ ਤਾਂ ਅਸੀਂ ਉਹਨੂੰ ਖੁਦ ਬਿਠਾ ਕੇ ਸਾਡੀ ਪੂਰੀ ਟੀਮ ਉਹਦੀ ਕਾਉਂਸਲਿੰਗ ਕਰਦੀ, ਉਹਨੂੰ ਦੱਸਦੀ ਹੈ ਕਿ ਕੀ ਔਂਕੜਾਂ ਉਹਨੂੰ ਆ ਸਕਦੀਆਂ, ਕਿਸ ਤਰ੍ਹਾਂ ਉਹਦਾ ਉਹਨੇ ਉਸਨੂੰ ਡੀਲ ਕਰਨਾ, ਇਸ ਤਰੀਕੇ ਨਾਲ ਓਵਰਕਮ ਕੀਤਾ ਜਾ ਸਕਦਾ ਕਿਸੇ ਵੀ ਪ੍ਰੋਬਲਮ ਨੂੰ। ਸਰ, ਅਮੂਮਨ ਵੈਸੇ ਕਿਹੜੀ ਕਿਹੜੀ ਪ੍ਰੋਬਲਮਸ ਆਉਂਦੀਆਂ ਜੇ ਅਸੀਂ ਗੱਲ ਕਰੀਏ ਤਾਂ, ਕਿਹੜੀ ਕਿਹੜੀ ਪ੍ਰੋਬਲਮਸ ਨੇ ਜੋ ਸਟੂਡੈਂਟ ਜਾ ਕੇ ਫੇਸ ਕਰਦਾ ਕਿਸੇ ਵੀ ਕੰਟਰੀ 'ਚ? ਸਭ ਤੋਂ ਪਹਿਲਾਂ ਤਾਂ ਬੱਚੇ ਨੂੰ ਇਹ ਸਟੂਡੈਂਟ ਨੂੰ ਇਹ ਪ੍ਰੋਬਲਮ ਆਉਂਦੀ ਹੈ, ਫੋਰ ਐਗਜ਼ਾਮਪਲ ਉਹਦੇ ਰਿਹਾਇਸ਼ ਦੀ ਪ੍ਰੋਬਲਮ ਆਉਂਦੀ ਹੈ, ਅਕੋਮੋਡੇਸ਼ਨ ਦੀ, ਉਹਦੀ ਏਅਰ ਟਿਕਟ ਦੀ ਪ੍ਰੋਬਲਮ ਆਉਂਦੀ ਹੈ। ਇਸ ਤੋਂ ਇਲਾਵਾ ਬੱਚੇ ਨੂੰ ਕੋਰਸ ਬਾਰੇ ਪ੍ਰੋਬਲਮ ਆਉਂਦੀ, ਕਿਉਂਕਿ ਬੱਚੇ ਨੂੰ ਆਪਣੇ ਖਾਣੇ ਪੀਣੇ ਬਾਰੇ ਪ੍ਰੋਬਲਮ ਆਉਂਦੀ ਹੈ ਔਰ ਇਹ ਸਾਰੀ ਪ੍ਰੋਬਲਮਸ ਬੱਚੇ ਨੂੰ ਕਿਸ ਤਰ੍ਹਾਂ ਓਵਰਕਮ ਕਰਨੀ, ਇਸ ਬਾਰੇ ਬੱਚੇ ਨੂੰ ਅਸੀਂ ਪੂਰਾ। ਤੇ ਸਰ, ਇਹਨਾਂ ਚੀਜ਼ਾਂ ਨੂੰ ਤੁਸੀਂ ਲਾਈਕ ਕਿਸ ਤਰੀਕੇ ਨਾਲ ਓਵਰਕਮ ਕਰਨ ਦੇ ਵਿੱਚ ਬੱਚਿਆਂ ਨੂੰ ਸਹਾਇਤਾ ਕਰਦੇ ਹੋ? ਜਿੱਦਾਂ ਅਸੀਂ ਸਪੋਜ਼ ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਸਟੂਡੈਂਟ ਵੀਜ਼ਾ ਬਾਰੇ ਗੱਲ ਕਰਾਂਗੇ, ਤੇ ਕਿਸ ਤਰੀਕੇ ਨਾਲ ਇਹਨਾਂ ਔਕੜਾਂ ਨੂੰ ਤੁਸੀਂ ਬੱਚਿਆਂ ਨੂੰ ਗਾਈਡ ਕਰਦੇ ਹੋ ਕਿ ਲਾਈਕ ਕਿਸ ਤਰੀਕੇ ਨਾਲ ਇਹਨੂੰ ਓਵਰਕਮ ਕੀਤਾ ਜਾ ਸਕਦਾ? ਦੇਖੋ, ਸਭ ਤੋਂ ਪਹਿਲਾਂ ਕਿ ਮੈਂ ਖੁਦ ਇੰਟਰਨੈਸ਼ਨਲ ਸਟੂਡੈਂਟ ਰਿਹਾ ਹਾਂ ਔਰ ਮੈਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਬੱਚੇ ਨੂੰ ਉੱਥੇ ਕੋਈ ਰਿਸੀਵ ਕਰਨਾ ਜ਼ਰੂਰ ਚਾਹੀਦਾ ਹੈ, ਠੀਕ ਹੈ, ਔਰ ਉਸ ਤੋਂ ਬਾਅਦ ਉਹਨੂੰ ਅਕੋਮੋਡੇਸ਼ਨ ਟੈਂਪਰੇਰੀ ਜ਼ਰੂਰ ਚਾਹੀਦੀ ਹੈ। ਉਸ ਤੋਂ ਬਾਅਦ ਬੱਚੇ ਨੂੰ ਖਾਣ ਪੀਣ ਦਾ ਬੰਦੋਬਸਤ ਕਿਸ ਤਰ੍ਹਾਂ ਕਰਨਾ, ਕੋਈ ਬੱਚਾ ਵੈਜੀਟੇਰੀਅਨ ਹੈ, ਨੋਨ ਵੈਜੀਟੇਰੀਅਨ ਹੈ, ਉਸ ਸਾਰੇ ਬਾਰੇ ਕਰਨਾ ਹੈ ਔਰ ਬੱਚੇ ਨੂੰ ਫਿਰ ਪੜ੍ਹਾਈ ਜਿਹੜੀ ਉਹਨੇ ਕਰਨ ਜਾਣੀ ਹੈ ਉਸਦੇ ਬਾਰੇ ਵੀ ਪੂਰੀ ਨੌਲੇਜ ਹੋਣੀ ਚਾਹੀਦੀ ਹੈ, ਤਾਂ ਹੀ ਬੱਚਾ ਕਾਮਯਾਬ ਹੋ ਸਕਦਾ ਹੈ। ਸਰ, ਕੈਨੇਡਾ ਦੀ ਜਿਸ ਤਰ੍ਹਾਂ ਅਸੀਂ ਪਿੱਛੇ ਬਹੁਤ ਦੇਖਿਆ ਕਿ ਸੈਪਟੈਂਬਰ ਇਨਟੇਕ ਦੇ ਵਿੱਚ ਜਾਂ ਜਨਵਰੀ ਇਨਟੇਕ ਦੀ ਗੱਲ ਕਰੀਏ ਕਿ ਬਹੁਤ ਸਾਰੀ ਰਿਫਿਊਜ਼ਲਸ ਆ ਰਹੀਆਂ, ਤਾਂ ਤੁਸੀਂ ਕੀ ਸਮਝਦੇ ਹੋ ਕੀ ਇਹਦਾ ਕੌਜ਼ ਰਿਹਾ ਹੋਏਗਾ ਪਿੱਛੇ? ਦੇਖੋ, ਇਸ ਦਾ ਕੌਜ਼ ਸਭ ਤੋਂ ਪਹਿਲਾਂ ਤਾਂ ਇੱਕ ਬੱਚੇ ਦੀ ਅਗਰ ਐਲੀਜੀਬਿਲਿਟੀ ਨਹੀਂ ਹੈ ਔਰ ਉਹ ਫਾਈਲ ਲਗਾ ਰਿਹਾ ਹੈ, ਫੋਰ ਐਗਜ਼ਾਮਪਲ ਵਿਦਆਊਟ ਆਇਲਸ 5.55 ਬੈਂਡਸ, ਬਿਲਕੁਲ ਉਹ ਸਭ ਤੋਂ ਵੱਡਾ ਕਾਰਨ ਹੈ, ਫਾਈਲ ਸਹੀ ਤਰੀਕੇ ਨਾਲ ਨਹੀਂ ਪੇਸ਼ ਹੋ ਰਹੀ ਹੈ। ਸਾਡੀ ਕੰਪਨੀ ਦਾ ਸਕਸੈਸ ਰੇਟ ਬਹੁਤ ਅੱਛਾ ਰਿਹਾ ਹੈ, ਸਾਨੂੰ ਆਲਮੋਸਟ ਬਹੁਤ ਅੱਛਾ ਵੀਜ਼ਾ ਸਕਸੈਸ ਰੇਟ ਮਿਲਿਆ ਹੈ, ਸਾਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਫੇਸ ਹੋਈ। ਪਰ ਹਾਂ, ਮਾਰਕੀਟ ਦੇ ਵਿੱਚ ਬਹੁਤ ਸਾਰੇ ਬੱਚੇ ਆਉਂਦੇ ਆ ਕਿ ਮੇਰੇ 7.5 ਬੈਂਡਸ ਨੇ ਪਰ ਮੇਰੀ ਰਿਫਿਊਜ਼ਲ ਹੈ। ਅਸੀਂ ਉਸ ਤੋਂ ਪਹਿਲਾਂ ਇੱਕ ਬਹੁਤ ਕਾਨੂੰਨੀ ਤਰੀਕਾ ਹੈ, ਕੇਪਸ ਨੋਟ ਫਾਈਲ ਕਰਕੇ ਅਸੀਂ ਉਹਨਾਂ ਦਾ ਤਰੀਕਾ ਬਿਲਕੁਲ ਉਸਦੇ ਨਾਲ ਪਤਾ ਲੱਗ ਸਕਦਾ ਹੈ, ਫਿਰ ਰੀਫਾਈਲ ਕਰੋ, ਉਹਦਾ ਵੀਜ਼ਾ 100% ਲੱਗ ਰਿਹਾ ਹੈ। ਤੁਸੀਂ ਗੱਲ ਕਰ ਰਹੇ ਹੋ ਜਿਹੜੇ ਰਿਫਿਊਜ਼ਲ ਕੇਸਿਸ ਦੀ ਹੈ ਕਿ ਅਸੀਂ ਉਸ ਤੋਂ ਬਾਅਦ ਤੁਸੀਂ ਕੇਪਸ ਫਾਈਲਸ ਜਿਹੜੀ ਕਰਵਾਉਂਦੇ ਹੋ ਉਹਦੇ ਵਿੱਚ ਪ੍ਰੋਪਰ ਐਨਾਲਿਸਿਸ ਕੀਤਾ ਜਾਂਦਾ ਹੈ ਕਿ ਕਿਸ ਤਰੀਕੇ ਨਾਲ ਅਸੀਂ ਉਹਨੂੰ ਦੁਬਾਰਾ ਫਾਈਲ ਕਰੀਏ ਕੇਸ ਨੂੰ। ਕਈ ਬਰੀਕੀਆਂ ਹੁੰਦੀਆਂ, ਤੁਸੀਂ ਲਾਈਕ ਜਦੋਂ ਫਾਈਲਿੰਗ ਕਰਨੀ ਹੈ ਕਿਹੜੀ ਕਿਹੜੀ ਬਰੀਕੀਆਂ ਦਾ ਧਿਆਨ ਰੱਖਣਾ ਪੈਂਦਾ? ਹਾਂ, ਜਿਵੇਂ ਤੁਸੀਂ ਕੇਪਸ ਨੋਟ ਬਾਰੇ ਮੈਂ ਦੱਸਣਾ ਚਾਹੂੰਗਾ, ਇਟ ਇਜ਼ ਕਾਲਡ GCMS। ਸੋ GCMS ਨੋਟਸ, ਕੋਈ ਵੀ ਵੀਜ਼ਾ ਆਫਿਸਰ ਕਿਸੇ ਵੀਜ਼ਾ ਨੂੰ ਅਗਰ ਰਿਜੈਕਟ ਕਰਦਾ ਹੈ ਉਸਨੂੰ ਨੋਟਸ ਦੇਣੇ ਲਾਜ਼ਮੀ ਹੈ ਬਾਏ ਲਾਅ। ਔਰ ਅਗਰ ਅਸੀਂ ਐਮਬੈਸੀ ਨੂੰ ਐਕਸੈਸ ਇਨਫੋਰਮੇਸ਼ਨ ਦੀ ਰਿਕੁਐਸਟ ਪਾਉਂਦੇ ਹਾਂ ਤਾਂ 100% ਉਹਦੇ ਰਿਕੁਐਸਟ ਉਹਨੂੰ ਦੇਣੇ ਪੈਣਗੇ ਔਰ ਉਹਨੂੰ 1 ਤੋਂ 2 ਮਹੀਨੇ ਦਾ ਟਾਈਮ ਲੱਗ ਸਕਦਾ ਹੈ, ਉਸ ਸਾਨੂੰ ਪਤਾ ਲੱਗ ਜਾਏਗਾ ਕਿ ਕੀ ਕਾਰਨ ਹੈ। ਫੋਰ ਐਗਜ਼ਾਮਪਲ, ਕਿਸੇ ਬੱਚੇ ਨੇ ਅਗਰ
ਪਹਿਲਾਂ ਕੋਈ ਵੀਜ਼ਾ ਉਹਦੇ ਮੰਮੀ ਡੈਡੀ ਨੇ ਅਪਲਾਈ ਕੀਤਾ ਹੈ, ਬਹੁਤ ਸਿੰਪਲ ਕਾਰਨ ਹੈ, ਕਿਸੇ ਨੇ ਅਮੈਰੀਕਾ ਦਾ ਵੀਜ਼ਾ ਅਪਲਾਈ ਕੀਤਾ ਹੈ, ਟੂਰਿਸਟ ਵੀਜ਼ਾ, ਬੱਚੇ ਨੂੰ ਨਹੀਂ ਪਤਾ ਹੈ, ਬੱਚੇ ਦੀ ਉਮਰ 17 ਸਾਲ ਹੈ, ਉਸਨੂੰ ਨਹੀਂ ਪਤਾ ਕਿ ਮੇਰੇ ਪਾਸਪੋਰਟ ਅਪਲਾਈ ਕੀਤਾ ਗਿਆ ਕਿ ਨਹੀਂ ਕੀਤਾ ਗਿਆ ਹੈ, ਪਰ GCMS ਨੋਟਸ ਵਿੱਚ ਸਾਨੂੰ ਉਹ ਇਨਫੋਰਮੇਸ਼ਨ ਮਿਲ ਜਾਂਦੀ ਹੈ ਕਿ ਹਾਂਜੀ ਇਸ ਬੱਚੇ ਦਾ ਅਮੈਰੀਕਾ ਦਾ ਵੀਜ਼ਾ ਰਿਫਿਊਜ਼ ਹੈ, ਤਾਂ ਫਿਰ ਉਸਦੇ ਅਕੋਰਡਿੰਗਲੀ ਅਸੀਂ ਦੁਬਾਰਾ ਰੀਫਾਈਲ ਕਰਦੇ ਹਾਂ, ਬੱਚੇ ਨੂੰ ਵੀਜ਼ਾ ਮਿਲਿਆ ਹੈ, ਬਹੁਤ ਸਾਰੀ ਸਕਸੈਸਫੁਲ ਹੈ ਸਾਡੇ ਕੋਲ ਇੱਦਾਂ ਦੀ। ਅਤੇ ਸਰ ਕੈਨੇਡਾ ਵਾਸਤੇ ਇੱਕ ਆਈਡਲ ਕੇਸ ਦੀ ਗੱਲ ਕਰੀਏ, ਤੁਸੀਂ ਕਿਸ ਸਮੇਂ ਤੋਂ ਇੱਕ ਕੈਨੇਡਾ ਦਾ ਆਈਡਲ ਪ੍ਰੋਫਾਈਲ ਕੀ ਹੋਣਾ ਚਾਹੀਦਾ? ਸਭ ਤੋਂ ਪਹਿਲਾਂ ਬੱਚੇ ਦਾ ਅਗਰ ਦੇਖੀਏ ਤਾਂ ਪੜ੍ਹਨ ਦੀ ਮਨਸ਼ਾ ਹੋਣੀ ਚਾਹੀਦੀ ਹੈ, ਠੀਕ ਹੈ। ਦੂਸਰੀ ਚੀਜ਼, ਬੱਚੇ ਨੂੰ ਇੰਗਲਿਸ਼ ਆਉਂਦੀ ਹੋਣੀ ਚਾਹੀਦੀ ਹੈ, ਇਹ ਸਭ ਤੋਂ ਦੋ ਚੀਜ਼ਾਂ ਬਹੁਤ ਜ਼ਰੂਰੀ ਹਨ ਜਿਹਦੇ ਨਾਲ ਬੱਚਾ ਕੈਨੇਡਾ ਦਾ ਵੀਜ਼ਾ ਪ੍ਰਾਪਤ ਕਰ ਸਕਦਾ ਹੈ ਜੀ। ਅਤੇ ਕਿਹੜੇ ਕੰਸਲਟੈਂਟ ਨਾਲ ਉਹ ਰਾਬਤਾ ਕਰੇ, ਕਿਸ ਤਰੀਕੇ ਨਾਲ ਕੰਸਲਟੈਂਸੀ ਨੂੰ ਲਾਈਕ ਆਈਡੈਂਟੀਫਾਈ ਕਰੇ ਕਿ ਮੈਂ ਫਲਾਣੇ ਕੰਸਲਟੈਂਟ ਨੂੰ ਆਪਣਾ ਫਾਈਲ ਲਗਵਾਵਾਂ? ਸਭ ਤੋਂ ਪਹਿਲਾਂ ਕਿਸੇ ਵੀ ਕੰਸਲਟੈਂਟ ਦੀ ਚੂਜ਼ ਕਰਨ ਲਈ ਅਗਰ ਸਾਡੀ ਗੱਲ ਹੀ ਕੀਤੀ ਜਾਵੇ, ਆਪਾਂ ਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਹੈ ਕਿ ਕੀ ਉਹ ਕੰਸਲਟੈਂਸੀ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਸਾਡੀ ਕੰਪਨੀ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ। ਜੋ ਅੱਜ ਕੱਲ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਗਵਰਨਮੈਂਟ ਦਾ ਜੋ ਲਾਇਸੈਂਸ ਮਿਲ ਰਿਹਾ, ਬਿਲਕੁਲ, ਹੈ ਨਾ, ਡੀਸੀ ਆਫਿਸ ਤੋਂ ਜੋ ਮਿਲਦਾ ਹੈ, ਡੀਸੀ ਆਫਿਸ ਤੋਂ ਕਿਸੇ ਵੀ ਸ਼ਹਿਰ ਦੇ ਵਿੱਚੋਂ ਮਿਲਦਾ ਹੈ, ਬਿਲਕੁਲ, ਕਿਸੇ ਵੀ ਸ਼ਹਿਰ ਦੇ ਵਿੱਚ ਸਾਡੀ ਕੰਪਨੀ ਜਲੰਧਰ ਡੀਸੀ ਆਫਿਸ ਦੇ ਵਿੱਚ ਮਾਨਤਾ ਪ੍ਰਾਪਤ ਹੈ, ਔਰ ਸਾਡੀ ਕੰਪਨੀ ਤੋਂ ਕਿਸੇ ਵੀ ਪੂਰੇ ਵਰਲਡਵਾਈਡ ਤੋਂ ਕੋਈ ਵੀ ਸਾਨੂੰ ਕਰੇਗਾ, ਅਸੀਂ ਰੂਲਸ ਐਂਡ ਰੈਗੂਲੇਸ਼ਨਸ ਦੇ ਅਕੋਰਡਿੰਗਲੀ ਹੀ ਉਸਨੂੰ ਰਿਪਲਾਈ ਦੇਵਾਂਗੇ। ਇਸ ਤੋਂ ਇਲਾਵਾ ਸਾਡੀ ਕੰਪਨੀ ICEF ਇੱਕ ਏਜੰਸੀ ਹੈ ਜਿਹੜੀ ਕਿ ਬਾਹਰੀ ਏਜੰਸੀ ਹੈ, ਉਸ ਤੋਂ ਵੀ ਮਾਨਤਾ ਪ੍ਰਾਪਤ ਹੈ, ਬ੍ਰਿਟਿਸ਼ ਕਾਊਂਸਲ ਜੋ ਕਿ ਆਇਲਸ ਕਰਵਾਉਂਦੇ ਹਨ, ਔਰ ਆਇਲਸ ਦੀ ਪੂਰੀ ਫੁੱਲ ਫਲੈਸ਼ ਸਾਡੇ ਕੋਲ ਹੈ, ਰਜਿਸਟ੍ਰੇਸ਼ਨ ਟੀਮ ਹੈ। ਇਸ ਤੋਂ ਇਲਾਵਾ ਪੀਅਰਸਨ ਟੈਸਟ ਆਫ ਇੰਗਲਿਸ਼ ਜਿਹੜੇ ਹੈ ਉਹਦੇ ਪ੍ਰੋਫੈਸ਼ਨਲ ਪਾਰਟਨਰਸ਼ਿਪ ਹੈ, ਸਾਡੀ ਕੰਪਨੀ ਕੋਲ ਇੱਕ ETS ਬਹੁਤ ਵੱਡੀ ਸੰਸਥਾ ਹੈ, ਐਜੂਕੇਸ਼ਨ ਟੈਸਟਿੰਗ ਸਿਸਟਮ, ਜਿਸ ਦੇ ਦੋ ਟੈਸਟ ਆਉਂਦੇ ਹਨ, TOEFL ਅਤੇ TOEIC, ਸਾਡੇ ਕੋਲ ਉਹਨਾਂ ਦਾ ਇੱਕ ਸੈਂਟਰ ਵੀ ਹੈ ਕਿ ਸਾਡੇ ਕੋਲ ਇੱਕ ਅਥਾਰਟੀ ਹੈ ਕਿ ਅਸੀਂ TOEIC ਦਾ ਟੈਸਟ ਆਪਣੇ ਆਫਿਸ ਦੇ ਵਿੱਚ ਕੰਡਕਟ ਕਰਵਾ ਸਕਦੇ ਹਾਂ, ਜਿਸ ਦੀ ਅੱਜ ਕੱਲ੍ਹ ਮਾਨਤਾ ਥੋੜ੍ਹੀ ਜਿਹੀ ਖਤਮ ਹੋ ਗਈ ਹੈ, ਪਰ ਫਿਰ ਵੀ ਇੱਕ ਅਥਾਰਟੀ ਬੜੀ ਮੁਸ਼ਕਲ ਨਾਲ ਮਿਲਦੀ ਹੈ। ਇਸ ਤੋਂ ਇਲਾਵਾ ESOL ਦਾ ਇੱਕ ਟੈਸਟ ਜਿਹਨੂੰ ਆਇਲਸ ਲਾਈਫ ਸਕਿੱਲ ਕਿਹਾ ਜਾਂਦਾ, ਉਹਦੀ ਵੀ ਸਾਡੇ ਕੋਲ ਅਥਾਰਟੀ ਹੈ, ਔਰ ਅਗਰ ਆਪਾਂ ਦੇਖਿਆ ਜਾਵੇ ਕਿ ਬਹੁਤ ਸਾਰੇ ਸਾਡੇ ਕੋਲ ਯੂਨੀਵਰਸਿਟੀ ਐਂਡ ਕਾਲਜਿਸ ਹੈ ਜੋ ਕਿ ਡਾਇਰੈਕਟ ਟਾਈਅਪ ਹਨ, ਜਿਸ ਦੇ ਨਾਲ ਕੋਈ ਵੀ ਬੱਚਾ ਸਾਡੇ ਕੋਲ ਆਉਂਦਾ, ਅਸੀਂ ਉਸਦੀ ਪੂਰੀ ਨੀਡ ਪੂਰੀ ਕਰਕੇ ਉਸਨੂੰ ਇੱਕ ਅੱਛੀ ਸਲਾਹ ਦਿੱਤੀ ਜਾ ਸਕਦੀ ਹੈ, ਔਰ ਬੱਚਾ ਜਿੱਥੇ ਵੀ ਜਾਣਾ ਚਾਹੇ। ਇੱਕ ਅਗਰ ਕੈਨੇਡਾ ਦੀ ਗੱਲ ਕੀਤੀ ਜਾਵੇ, ਕੈਨੇਡਾ ਦੇ ਵਿੱਚ ਬਹੁਤ ਸਾਰੇ ਪ੍ਰੋਵਿੰਸਿਸ ਹਨ, ਫੋਰ ਐਗਜ਼ਾਮਪਲ ਓਨਟੈਰੀਓ, ਬ੍ਰਿਟਿਸ਼ ਕੋਲੰਬੀਆ, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ, ਯੂਕੋਨ ਔਰ ਬ੍ਰਿਟਿਸ਼ ਕੋਲੰਬੀਆ ਹੋ ਗਿਆ, ਫਿਰ ਆਪਣੇ ਕੋਲ ਹੋਰ ਬਹੁਤ ਸਾਰੇ ਪ੍ਰੋਵਿੰਸਿਸ ਹਨ ਜਿਹਦੇ ਵਿੱਚ ਮੈਨੀਟੋਬਾ, ਐਲਬਰਟਾ, ਔਰ ਹੈ ਨਾ, ਉਹਦੇ ਵਿੱਚ ਬੱਚੇ ਨੂੰ ਪੂਰੀ ਇੱਕ ਅੱਛੀ ਲਿਸਟ ਆਫ ਚੋਇਸ ਦਿੱਤੀ ਜਾ ਸਕਦੀ ਹੈ ਕਿ ਬੱਚਾ ਆਪਣੀ ਮਰਜ਼ੀ ਦੀ ਜਗ੍ਹਾ ਜਾ ਸਕਦਾ ਹੈ। ਬਿਕੋਜ਼ ਅਗਰ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਦੇ ਵਿੱਚ ਆਪਣੇ ਪੰਜਾਬੀ ਹਰ ਜਗ੍ਹਾ ਹਨ, ਔਰ ਕਿਸੇ ਦਾ ਕੋਈ ਰੈਲੇਟਿਵ ਮੰਨ ਲਓ ਯੂਕੋਨ ਦੇ ਵਿੱਚ ਰਹਿੰਦਾ ਹੈ, ਤਾਂ ਉਹ ਕਹਿੰਦਾ ਕਿ ਮੈਂ ਯੂਕੋਨ ਹੀ ਜਾਣਾ ਚਾਹੁੰਦਾ ਹਾਂ, ਪਰ ਉਹ ਯੂਕੋਨ ਦੇ ਬਾਰੇ ਨਹੀਂ ਪਤਾ ਕਰ ਸਕਦਾ। ਫੋਰ ਐਗਜ਼ਾਮਪਲ, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਦੇ ਵਿੱਚ ਵੀ ਬਹੁਤ ਸਾਰੇ ਕਾਲਜਿਸ ਹਨ ਕਿ ਜਿਹੜੇ ਬੱਚੇ ਅਗਰ ਜਾਣਾ ਚਾਹੇ ਤਾਂ ਸਾਡੇ ਕੋਲ ਜ਼ਰੂਰ ਰਾਬਤਾ ਕਾਇਮ ਕਰ ਸਕਦੇ ਹਨ, ਅਸੀਂ ਉਹਨਾਂ ਨੂੰ ਬਿਲਕੁਲ 100% ਅੱਛੀ ਔਥੈਂਟਿਕ ਸਲਾਹ ਦੇਵਾਂਗੇ। ਇਸ ਤੋਂ ਇਲਾਵਾ ਸਾਡਾ ਸਟਾਫ, ਮੈਂ ਖੁਦ ਇੱਕ ICEF ਟ੍ਰੇਨ ਏਜੰਟ ਹਾਂ, ਔਰ ਮੇਰੇ ਕੋਲ ਨਿਊਜ਼ੀਲੈਂਡ ਐਮਬੈਸੀ ਦਾ ਟ੍ਰੇਨ ਲਾਇਸੈਂਸ ਵੀ ਹੈ, ਜਿਸ ਨੂੰ ਆਪਾਂ ENZ ਟ੍ਰੇਨਡ ਏਜੰਟ ਕਹਿੰਦੇ ਹਾਂ। ਇਸ ਤੋਂ ਇਲਾਵਾ ਸਾਡੇ ਕੋਲ ਪੀਅਰਸਨ ਔਰ ਬ੍ਰਿਟਿਸ਼ ਕਾਊਂਸਲ ਦੀ ਅਥਾਰਟੀ ਹੈ, ਔਰ ਸਾਡੀ ਕੰਪਨੀ ਪਿਛਲੇ ਅਕਤੂਬਰ 2010 ਤੋਂ ਇਹ ਸਰਵਿਸਿਜ਼ ਪ੍ਰੋਵਾਈਡ ਕਰ ਰਹੀ ਹੈ, ਔਰ ਸਾਡੇ ਕੋਲ ਪੂਰੀ ਹਰ ਤਰ੍ਹਾਂ ਦੀ ਫੁੱਲ ਫਲੈਜਡ ਹੈ, ਬੱਚੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ। ਇਸ ਤੋਂ ਇਲਾਵਾ ਬੱਚੇ ਦੀ ਅਕੋਮੋਡੇਸ਼ਨ, ਇਹ ਹਰ ਚੀਜ਼ ਬਾਰੇ ਬੱਚੇ ਨੂੰ ਆਪਾਂ ਹੈਲਪ ਕਰਦੇ ਹਾਂ, ਔਰ ਸਾਡਾ ਫੀਡਬੈਕ ਬਹੁਤ ਹੀ ਅੱਛਾ ਹੈ, ਸਾਡਾ ਸਟਾਫ ਫੁੱਲ ਕੁਆਲੀਫਾਈਡ ਹੈ, ਜੋ ਅਥਾਰਟੀਜ਼ ਮੇਰੇ ਕੋਲ ਹਨ ਉਹੀ ਮੇਰੇ ਸਟਾਫ ਨੂੰ ਵੀ ਪੂਰੀ ਟ੍ਰੇਨਿੰਗ ਦਿੱਤੀ ਗਈ ਹੈ, ਔਰ ਮੇਰੇ ਸਟਾਫ ਕੋਲ ਵੀ ਹਰ ਤਰ੍ਹਾਂ ਦੀ ਫੈਸਿਲਿਟੀ ਹੈ, ਔਰ ਅਗਰ ਮੈਂ ਕਿਸੇ ਜਗ੍ਹਾ ਮੰਨ ਲਓ ਮੈਂ ਕਿਸੇ ਮੀਟਿੰਗ ਦੇ ਵਿੱਚ ਹਾਂ, ਮੈਂ ਖੁਦ ਪਿਛਲੇ ਸਾਲ US ਜਾ ਕੇ ਆਇਆ, ਉਸ ਤੋਂ ਪਹਿਲੇ ਜਰਮਨੀ, ਸਾਡੇ ਰੈਗੂਲਰ ਟੂਰਸ ਹੁੰਦੇ ਰਹਿੰਦੇ ਹਨ, ਜੋ ਲੇਟੈਸਟ ਅਪਡੇਟ ਹਨ ਇਸ ਇੰਡਸਟਰੀ ਦੇ ਵਿੱਚ ਚੱਲਣ ਲਈ ਉਹ ਸਾਡੇ ਕੋਲ ਹੁੰਦੇ ਹਨ, ਬੱਚੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਏਗੀ, ਕਿਉਂਕਿ ਬੱਚੇ ਨੇ ਬਾਹਰ ਪੜ੍ਹਨ ਜਾਣਾ ਹੈ, ਕੋਈ ਮਾਂ ਪਿਓ ਹਨ ਜਿਹੜੇ ਆਪਣੇ ਜਿਗਰ ਦਾ ਟੁਕੜਾ ਸਾਡੇ ਕੋਲ ਛੱਡਦੇ ਹਨ, ਸਾਨੂੰ ਪੂਰੀ ਨੌਲੇਜ ਹੋਏਗੀ ਤਾਂ ਹੀ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰ ਸਕਦੇ ਹਾਂ, ਅਦਰਵਾਈਜ਼ ਬਹੁਤ ਪ੍ਰੋਬਲਮ ਹੈ। ਅਸੀਂ ਪੂਰੇ ਇੱਕ ਫੁੱਲ ਫਲੈਜ ਕੰਸਲਟੈਂਟ ਦੀ ਲਿਸਟ ਚਾਹੁੰਦੇ ਹਾਂ, ਸਰਕਾਰ ਤੋਂ ਮਾਨਤਾ ਪ੍ਰਾਪਤ, ਫੋਰਨ ਯੂਨੀਵਰਸਿਟੀਜ਼ ਤੋਂ ਮਾਨਿਆ ਪ੍ਰਾਪਤ, ਸਾਡੇ ਕੋਲ ਬੱਚੇ ਨੂੰ ਜ਼ਰੂਰ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ, ਔਰ ਤੁਹਾਨੂੰ ਡਿਫਰੈਂਸ ਦੇਖਣ ਨੂੰ ਮਿਲੇਗਾ ਕੀ ਡਿਫਰੈਂਸ ਹੈ। ਤੁਹਾਨੂੰ ਤੁਹਾਡੇ ਨਾਲ ਰਾਬਤਾ ਕਰਨਾ ਚਾਹੁੰਦੇ ਤਾਂ ਕਿਸ ਤਰੀਕੇ ਨਾਲ ਰਾਬਤਾ ਕਰ ਸਕਦੇ? ਸਭ ਤੋਂ ਪਹਿਲਾਂ ਸਾਡਾ ਨੰਬਰ ਇੱਕ ਫਲੈਸ਼ ਕਰ ਰਿਹਾ ਹੈ, ਜਿਹੜਾ ਹੈ 8054380542, ਬੜਾ ਈਜ਼ੀ ਟੂ ਰਿਮੈਂਬਰ ਹੈ, 8054380542। ਇਸ ਤੋਂ ਇਲਾਵਾ ਸਾਡੀ 6 ਵੈਬਸਾਈਟਸ ਨੇ, northwestimmigrations.com ਜਿਹੜੀ ਮੇਨ ਵੈਬਸਾਈਟ ਹੈ, ਕਿਸੇ ਵੀ ਕੰਟਰੀ ਨੂੰ ਜਾਣ ਲਈ ਤੁਸੀਂ ਸਿਰਫ ਉਸ ਕੰਟਰੀ ਦਾ ਨਾਮ ਅਤੇ study.in ਕਰਨਾ। ਫੋਰ ਐਗਜ਼ਾਮਪਲ, ਕੈਨੇਡਾ study.in, ਨਿਊਜ਼ੀਲੈਂਡ study.in, ਆਸਟ੍ਰੇਲੀਆ study.in, ਆਇਰਲੈਂਡ study.in,
americastudy.in ਇਹ ਸਾਡੀ ਆਪਣੇ ਡੋਮੇਨਸ ਖਰੀਦੇ ਹੋਏ ਹੈ ਔਰ ਬਹੁਤ ਕੋਸਟਲੀ ਹੈ ਇਸਨੂੰ ਮੇਨਟੇਨ ਕਰਨਾ ਪਰ ਇਹ ਸਿਰਫ ਬੱਚੇ ਦੀ ਸਹੂਲੀਅਤ ਲਈ ਅਸੀਂ ਇਹ ਚੀਜ਼ਾਂ ਦਿੱਤੀਆਂ ਹਨ ਤਾਂ ਕਿ ਬੱਚਾ ਕਿਸੇ ਵੀ ਕੰਟਰੀ ਨੂੰ ਜਾਣਾ ਚਾਹੇ ਅਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਚੀਜ਼ ਮਿਲ ਸਕਦੀ ਹੈ ਫਿਰ ਆਇਲਟਸ ਲਾਈਫ ਸਕਿੱਲਸ ਡੋਟ ਇਨ ਇੱਕ ਹੋਰ ਵੈਬਸਾਈਟ ਹੈ ਜਿਹਦੇ ਵਿੱਚ ਬੱਚੇ ਨੂੰ ਆਇਲਟਸ ਬਾਰੇ ਸਾਰੀ ਬਹੁਤ ਅੱਛੀ ਔਰ ਫਰੀ ਟੈਸਟ ਅਵੇਲੇਬਲ ਹੈ ਕੋਈ ਚਾਰਜ ਨਹੀਂ ਕੀਤਾ ਜਾਂਦਾ ਉਸ ਬਾਰੇ ਜੀ ਅਤੇ ਸਰ ਅਗਰ ਸਪੋਜ਼ ਗੱਲ ਕਰੀਏ ਕਿ ਕਿਸੇ ਨੇ ਤੁਹਾਡੀ ਵੀਡੀਓਜ਼ ਦੇਖਣੇ ਆ ਉਹ ਕਿਸ ਤਰੀਕੇ ਨਾਲ ਦੇਖ ਸਕਦਾ ਸਕਸੈਸ ਸਟੋਰੀਜ਼ ਕਿਸ ਤਰੀਕੇ ਨਾਲ ਦਾ ਸਾਡੀ ਸਕਸੈਸ ਸਟੋਰੀਜ਼ ਵਰਡ ਆਫ ਮਾਊਥ ਇਜ਼ ਦਾ ਬੈਸਟ ਵੇ ਆਈ ਕੈਨ ਸੇ ਬਟ ਸਾਡੇ ਅਗਰ ਫੇਸਬੁੱਕ ਦੇ ਪੇਜ ਤੇ ਜਾਇਆ ਜਾਵੇ ਫੋਰ ਐਗਜ਼ਾਮਪਲ fb.com/northwestimmigrations ਦਾ ਫੇਸਬੁੱਕ ਦਾ ਪੇਜ ਹੈ ਯੂਟਿਊਬ ਦੇ ਚੈਨਲ ਰਾਹੀਂ ਅਗਰ ਤੁਸੀਂ ਯੂਟਿਊਬ ਦੇ ਚੈਨਲ 'ਚ ਕਰੋ ਅਤੇ ਨੌਰਥ ਵੈਸਟ ਇਮੀਗ੍ਰੇਸ਼ਨਸ ਦੇ ਰਾਹੀਂ ਤੁਸੀਂ ਸਾਨੂੰ ਸਾਡੇ ਵੀਡੀਓਜ਼ ਦੇਖ ਸਕਦੇ ਹੋ ਜੋ ਸਕਸੈਸਫੁਲ ਬੱਚਿਆਂ ਦੇ ਕੰਪਨੀ ਦੀ ਵੈਬਸਾਈਟਸ 'ਤੇ ਜਾ ਸਕਦੇ ਹੋ ਤੁਸੀਂ ਸਾਡੀ ਕੰਪਨੀ ਦਾ ਨਾਮ ਗੂਗਲ 'ਤੇ ਟਾਈਪ ਕਰੋ ਨੌਰਥ ਵੈਸਟ ਇਮੀਗ੍ਰੇਸ਼ਨਸ ਐਂਡ ਐਜੂਕੇਸ਼ਨ ਕੰਸਲਟੈਂਸੀ ਜਲੰਧਰ ਪੰਜਾਬ ਐਂਡ ਯੂ ਵਿਲ ਸੀ ਆਲ ਦ ਰਿਜ਼ਲਟਸ ਦੇ ਜੀ ਦਰਸ਼ਕੋ ਅਗਰ ਤੁਹਾਡਾ ਕੇਸ ਜੋ ਹੈ ਕੈਨੇਡਾ ਦਾ ਸਟੂਡੈਂਟ ਵੀਜ਼ਾ ਅਗਰ ਰਿਜੈਕਟ ਵੀ ਹੋ ਚੁੱਕਿਆ ਹੈ ਅਤੇ ਘਬਰਾਉਣ ਵਾਲੀ ਕੋਈ ਲੋੜ ਨਹੀਂ ਹੈ ਤੁਸੀਂ ਨੌਰਥ ਵੈਸਟ ਇਮੀਗ੍ਰੇਸ਼ਨ ਐਜੂਕੇਸ਼ਨ ਕੰਸਲਟੈਂਸੀ ਦੇ ਵੈਬਸਾਈਟ 'ਤੇ ਜਾ ਕੇ ਤੁਸੀਂ ਰਾਬਤਾ ਕਰਕੇ ਸਰ ਉਹਨਾਂ ਨੂੰ ਮਿਲ ਸਕਦੇ ਹੋ ਫੋਨ ਕਰਕੇ ਜ਼ਰੂਰ ਜਾਣਾ ਤਾਂ ਕਿ ਸਰ ਦਾ ਵੀ ਟਾਈਮ ਬਚੇ ਔਰ ਤੁਹਾਡਾ ਵੀ ਟਾਈਮ ਬਚੇ ਅਤੇ ਸਰ ਟਾਈਮ ਜ਼ਿਆਦਾ ਨਾ ਹੁੰਦੇ ਹੋਏ ਤੁਸੀਂ ਸਾਨੂੰ ਲਾਈਕ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਾਂ ਮੈਸੇਜ ਇਹੀ ਹੈ ਕਿ ਅਗਰ ਬੱਚੇ ਦਾ ਸੁਪਨਾ ਹੈ ਬਾਹਰ ਜਾਣ ਦਾ ਤਾਂ ਉਹਨੂੰ ਖੁਦ ਹੀ ਬਹੁਤ ਜ਼ਿਆਦਾ ਕੇਅਰਫੁਲ ਹੋਣਾ ਪਏਗਾ ਉਹਨੂੰ ਖੁਦ ਹੀ ਆਪਣੇ ਬਾਰੇ ਰਿਸਰਚ ਕਰਨੀ ਪਏਗੀ ਕਿਹੜਾ ਕੋਰਸ ਮੇਰੇ ਲਈ ਅੱਛਾ ਹੈ ਕਿਹੜੀ ਕੰਟਰੀ ਮੇਰੇ ਲਈ ਅੱਛੀ ਹੈ ਕੰਸਲਟੈਂਟ ਕਿਹੜਾ ਮੇਰੇ ਲਈ ਅੱਛਾ ਹੈ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰੋ ਬਿਕੋਜ਼ ਵੀ ਆਰ ਕੁਆਲੀਫਾਈਡ ਐਂਡ ਵੀ ਆਰ ਲਾਈਸੈਂਸਡ ਲਾਈਸੈਂਸ ਗਵਰਨਮੈਂਟ ਦਾ ਇੰਨੀ ਆਸਾਨੀ ਨਾਲ ਨਹੀਂ ਮਿਲਦਾ ਉਹ ਪੂਰੀ ਵੈਰੀਫਿਕੇਸ਼ਨ ਤੋਂ ਬਾਅਦ ਮਿਲਦਾ ਹੈ ਠੀਕ ਹੈ ਔਰ ਲਾਈਸੈਂਸ ਦੀ ਕਾਪੀ ਸਭ ਤੋਂ ਪਹਿਲਾਂ ਸਾਡੇ ਆਫਿਸ ਜਾ ਕੇ ਦੇਖੋ ਹਰ ਆਫਿਸ ਸਾਡੀ ਕਾਪੀ ਹੋਏਗੀ ਫਿਰ ਹੀ ਤੁਸੀਂ ਬਿਲਕੁਲ ਕਰ ਸਕਦੇ ਹੋ ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਕੋਰਸ ਦੀ ਪ੍ਰੋਬਲਮ ਹੈ ਕੋਈ ਕੋਰਸ ਇੱਦਾਂ ਦਾ ਹੈ ਫੋਰ ਐਗਜ਼ਾਮਪਲ BSc ਨਰਸਿੰਗ ਬੱਚੇ ਨੇ ਕਰਨੀ ਹੈ ਕੋਈ ਹੋਰ ਕਿਸੇ ਦਾ ਕੋਰਸ ਏਵੀਏਸ਼ਨ ਮੈਨੇਜਮੈਂਟ ਕਰਨੀ ਹੈ ਕੋਈ ਏਰੋਕ੍ਰਾਫਟ ਇੰਜੀਨੀਅਰਿੰਗ ਕਰਨੀ ਹਰ ਤਰੀਕੇ ਦਾ ਕੋਰਸ ਹਰ ਬਿਲਕੁਲ ਅਵੇਲੇਬਲ ਹੈ ਸਰ ਜੀ ਸੋ ਦਰਸ਼ਕੋ ਅਸੀਂ ਆਸ਼ਾ ਕਰਦੇ ਹਾਂ ਤੁਹਾਨੂੰ ਕਾਫੀ ਨੌਲੇਜ ਮਿਲੀ ਹੋਏਗੀ ਇਸ ਪ੍ਰੋਗਰਾਮ ਦੇ ਵਿੱਚ ਤੇ ਇਹਦੇ ਨਾਲ ਹੀ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ